ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਇਤਿਹਾਸ ਦਾ ਆਪ ਜੀ ਆਨੰਦ ਮਾਣ ਰਹੇ ਹੋ। ਜਦੋਂ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦਾ ਸੰਸਕਾਰ ਕਰਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਲੰਗਰ ਜਗ ਕੀਤਾ ਹੈ, ਉਹ ਕਥਾ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਬਿਆਨ ਕਰਦੇ। ਆਪਣੇ ਪਿਤਾ ਜੀ ਦੇ ਨਿਮਿੱਤ ਸਾਰੀ ਕਿਰਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਰਾਈ ਹੈ, ਜੋ ਗੁਰੂ ਘਰ ਦੇ ਬਜ਼ੁਰਗਾਂ ਨੇ ਗੁਰਸਿੱਖਾਂ ਨੇ ਦੱਸੀ ਹੈ। ਜਿੱਥੇ ਜਿੱਥੇ ਵੀ ਸੰਗਤਾਂ ਨੂੰ ਪਤਾ ਲੱਗਾ ਹੈ, ਦੇਸਾਂ ਚੋਂ ਪ੍ਰਦੇਸਾਂ ਚੋਂ ਮਸੰਦਾਂ ਨੂੰ ਲੈ ਕੇ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਪਹੁੰਚੀਆਂ ਹਨ। ਇਹ ਦੁੱਖ ਦੀ ਖਬਰ ਸੁਣ ਕੇ ਬੇਦੀ ਸਾਹਿਬ ਜਾਦੇ ਜੋ ਡੇਰਾ ਬਾਬਾ ਨਾਨਕ ਆਦਿਕ ਸਥਾਨਾਂ 'ਤੇ ਰਹਿੰਦੇ ਸਨ, ਉੱਥੋਂ ਚੱਲ ਕੇ ਅਨੰਦਪੁਰ ਸਾਹਿਬ ਪਹੁੰਚੇ ਹਨ। ਤ੍ਰੇਹਣ ਸਾਹਿਬਜ਼ਾਦੇ ਖੰਡੂਰ ਸਾਹਿਬ ਆਦਿਕ ਸਥਾਨਾਂ ਤੋਂ ਚੱਲ ਕੇ ਅਨੰਦਪੁਰ ਸਾਹਿਬ ਪਹੁੰਚੇ ਹਨ। ਭੱਲੇ ਸਾਹਿਬਜ਼ਾਦੇ ਗੋਇੰਦਵਾਲ ਤੋਂ ਚੱਲ ਕੇ ਆਏ ਹਨ। ਸੋਢੀ ਸਾਹਿਬਜ਼ਾਦੇ ਰਿਸ਼ਤੇਦਾਰ ਸਾਖ ਸੰਬੰਧੀ ਸਾਰੇ ਹੀ ਆਏ ਹਨ। ਗੁਰੂ ਮਹਾਰਾਜ ਕੋਲ ਆ ਕੇ ਬੈਠਦੇ ਨੇ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਰਚੌਣੀ ਕਰਦੇ ਨੇ ਔਰ ਫਿਰ ਆਪਣੇ ਡੇਰਿਆਂ ਵਿੱਚ ਆਰਾਮ ਕਰਦੇ ਨੇ। ਮਾਤਾ ਸ੍ਰੀ ਨਾਨਕੀ ਮਾਤ ਬਿਰਲਾਪ ਕੀ, ਮਾਤਾ ਨਾਨਕੀ ਜੀ ਬਿਰਲਾਪ ਕਰਦੇ ਹਨ। ਅੱਖਾਂ ਚੋਂ ਹੰਝੂ ਸਿੱਟ ਕੇ ਮਨ ਬੜਾ ਉਪਰਾਮ ਹੋ ਜਾਂਦਾ ਮਾਤਾ ਜੀ ਦਾ। ਮਾਤਾ ਗੁਜਰੀ ਜੀ ਵੀ ਬੜੇ ਸ਼ੋਕ ਵਿੱਚ ਦੁੱਖ ਵਿੱਚ ਰਹਿੰਦੇ ਹਨ। ਰੋਜ਼ ਅੱਖਾਂ ਵਿੱਚੋਂ ਹੰਝੂ ਵਗਦੇ ਰਹਿੰਦੇ ਹਨ। ਸਤਿਗੁਰੂ ਜੀ ਨੇ ਮਸੰਦ ਭੇਜੇ ਹਨ ਕਿ ਮਾਤਾ ਜੀ ਨੂੰ ਜਾ ਕੇ ਹੌਸਲਾ ਦਿਓ, ਧੀਰਜ ਦਿਓ। ਗੁਰੂ ਘਰ 'ਚ ਸ਼ੋਕ ਨਹੀਂ ਹੁੰਦਾ, ਗੁਰੂ ਘਰ ਦਾ ਸਦਾ ਹੀ ਆਨੰਦ ਖੇੜੇ ਵਿੱਚ ਰਹਿੰਦਾ ਹੈ। ਕਹਿ ਰਸ ਆਨੰਦ ਵਿੱਚ ਬਿਰਤੀ ਟਿਕੀ ਰਵੇ, ਇਹੀ ਗੁਰੂ ਘਰ ਦੇ ਵਿੱਚ ਮਰਯਾਦਾ ਹੈ। ਮਸੰਦ ਜਿਹੜੇ ਸਿਆਣੇ ਸਨ ਮਾਤਾ ਜੀ ਦੇ ਚਰਨਾਂ 'ਚ ਹਾਜ਼ਰ ਹੋਏ ਨੇ ਗੁਰੂ ਕੇ ਮਹਿਲਾਂ ਵਿੱਚ ਜਾ ਕੇ ਨਮਸਕਾਰ ਬੈਠੇ। ਮਾਤਾ ਗੁਜਰੀ ਜੀ ਨੂੰ ਮੱਥਾ ਟੇਕ ਕੇ, ਮਾਤਾ ਨਾਨਕੀ ਨੂੰ ਮੱਥਾ ਟੇਕ ਕੇ ਚਰਨਾਂ 'ਚ ਬੈਠ ਗਏ ਹਨ। ਜੋਰ ਕਰਿਓ ਮਾਤਾ ਸੁਣਿਓ, ਸਾਰਿਆਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਹੇ ਮਾਤਾ ਜੀ ਬੇਨਤੀ ਸੁਣੋ। ਤੁਹਾਨੂੰ ਇੰਨੇ ਮੋਹ 'ਚ ਫਸਣ ਦੀ ਲੋੜ ਨਹੀਂ ਹੈ, ਤੁਹਾਨੂੰ ਯੋਗ ਨਹੀਂ ਹੈ ਕਿ ਤੁਸੀਂ ਹੁਣ ਗੁਰੂ ਸਾਹਿਬ ਜੀ ਨੂੰ ਇਤਨਾ ਯਾਦ ਕਰਕੇ ਦੁਖੀ ਹੋਵੋ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪਣੀ ਮਰਜ਼ੀ ਨਾਲ ਸੁਛੰਦ ਹੀ ਸਰੀਰ ਛੱਡਿਆ ਹੈ, ਉਹਨਾਂ ਨੇ ਆਪ ਹੀ ਸ਼ਹਾਦਤ ਦਾ ਜਾਮਾ ਧਾਰਨ ਕੀਤਾ ਹੈ, ਸ਼ਹਾਦਤ ਦਾ ਜਾਮ ਪੀਤਾ ਹੈ ਔਰ ਹਿੰਦੂ ਧਰਮ ਦੀ ਰੱਖਿਆ ਕਰ ਲਈ ਹੈ ਸੰਸਾਰ ਦੇ ਵਿੱਚ। ਲੱਖਾਂ ਕਰੋੜਾਂ ਸਾਲ ਵਿੱਚ ਵੀ ਗੁਰੂ ਤੇਗ ਬਹਾਦਰ ਸਾਹਿਬ ਮਰਨਗੇ ਨਹੀਂ, ਸਦਾ ਹੀ ਅਮਰ ਰਹਿਣਗੇ। ਬਾਦਸ਼ਾਹ ਔਰੰਗਜ਼ੇਬ ਦੇ ਸਿਰ ਦੋਸ਼ ਮੜ ਕੇ ਆਪਣੇ ਸਰੀਰ ਦਾ ਠੀਕਰਾ ਉਹਦੇ ਸਿਰ ਭੰਨ ਕੇ ਬਾਦਸ਼ਾਹ ਔਰੰਗਜ਼ੇਬ ਨੂੰ ਝੂਠਿਆਂ ਕਰ ਦਿੱਤਾ ਹੈ, ਕਿਉਂਕਿ ਅੰਤ ਸਮਾਂ ਸਰੀਰ ਦਾ ਆ ਪਹੁੰਚਿਆ ਸੀ। ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਆਪਣੇ ਸਰੀਰ ਦਾ ਠੀਕਰਾ ਔਰੰਗਜ਼ੇਬ ਦੇ ਸਿਰ ਭੰਨਿਆ ਹੈ। ਹੁਣ ਤੁਸੀਂ ਉਹਨਾਂ ਦੀ ਥਾਂ 'ਤੇ ਆਪਣੇ ਪੁੱਤਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਦੇਖੋ ਔਰ ਆਪਣੇ ਮਨ ਦੀ ਦ੍ਰਿਸ਼ਟੀ ਨੂੰ ਸ਼ੋਕ ਵੱਲੋਂ ਰੋਕੋ, ਸ਼ੋਕ ਨਾ ਆਉਣ ਦਿਓ ਮਨ ਦੇ ਵਿੱਚ। ਹੋਰ ਮਾਤਾ ਗੁਜਰੀ ਦਾ ਭਰਾ ਮਾਮਾ ਕਿਰਪਾਲ ਚੰਦ ਬੜਾ ਸੀ, ਉਹ ਸੁਣ ਕੇ ਬੋਲਿਆ, ਇਹ ਭੈਣ ਜੀ ਤੁਸੀਂ ਸਿਆਣੇ ਹੋ, ਗੁਰੂ ਮਹਾਰਾਜ ਜੀ ਬਲਕੀ ਹੋ, ਇਸ ਕਰਕੇ ਆਪਣੇ ਮਨ ਵਿੱਚ ਵਿਚਾਰ ਕਰ ਲਵੋ, ਜੋ ਵੀ ਭੈਣ ਜੀ ਹੁਣ ਅਸੀਂ
ਸੰਸਾਰ ਕੋ ਨਾਮੀ ਹੋਏ ਵਾਹਿਗੁਰੂ ਦਾ ਕਿਸੇ ਤੋਂ ਨਹੀਂ ਮਿਲਿਆ ਨਹੀਂ ਜਾ ਸਕਦਾ। ਗੁਰੂ ਸਾਹਿਬ ਜੀ ਨੇ ਸਲੋਕ ਲਿਖ ਕੇ ਤੁਹਾਡੇ ਲਈ ਭੇਜੇ ਸਨ ਕਿ ਇਹ ਸੰਸਾਰ ਦੇ ਵਿੱਚ ਜੋ ਵੀ ਆਇਆ ਹੈ ਉਹ ਚਲਾ ਜਾਂਦਾ ਹੈ। ਤੁਸੀਂ ਉਹਨਾਂ ਪਾਵਨ ਸਲੋਕਾਂ ਦੇ ਅੱਖਾਂ ਨੂੰ ਆਪਣੇ ਮਨ ਵਿੱਚ ਵਿਚਾਰੋ ਕੀ ਕਹਿੰਦੀ ਹੈ ਗੁਰੂ ਦੀ ਬਾਣੀ, ਜੋ ਪੁੱਜੋ ਸੋ ਬੇਨਤੀ ਅੱਜ ਕਹਿ ਕਾਲ ਨਾਨਕ ਹਰ ਗੁਣ ਗਾਏ ਜੀ ਸਾਧ ਸੰਗੋ ਜੰਜਾਲ। ਐਸੇ ਤਰ੍ਹਾਂ ਹੀ ਸਲੋਕ ਸਤਿਗੁਰੂ ਜੀ ਨੇ ਤੁਹਾਡੇ ਲਈ ਲਿਖ ਕੇ ਭੇਜੇ ਹਨ। ਉਹਨਾਂ ਦੇ ਪੁੱਤਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਡੇ ਮਹਾਨ ਗੁਰੂ ਬਣ ਗਏ। ਉਹਨਾਂ ਦਾ ਪ੍ਰਤਾਪ ਸਾਰੀ ਦੁਨੀਆਂ ਦੇਖ ਰਹੀ ਹੈ ਉਹ ਦੇਖੇਗੀ। ਤੁਸੀਂ ਆਪ ਉਸ ਪੁੱਤਰ ਦਾ ਪ੍ਰਤਾਪ ਵੇਖੋ, ਰਾਜ ਭਾਗ ਵੇਖੋ ਤੇ ਆਨੰਦ ਦੇ ਨਾਲ ਆਪਣਾ ਜੀਵਨ ਗੁਜ਼ਾਰੋ। ਤੁਹਾਡਾ ਪੁੱਤਰ ਗੁਰੂ ਗੋਬਿੰਦ ਸਿੰਘ ਇੱਦਾਂ ਸਭ ਨੂੰ ਪਿਆਰਾ ਹੈ ਜਿਵੇਂ ਚਕੋਰਾ ਨੂੰ ਚੰਦਰਮਾ ਪਿਆਰਾ ਹੁੰਦਾ ਹੈ। ਔਰ ਵਾਰ ਵਾਰ ਮਾਤਾ ਜੀ ਸਾਨੂੰ ਤੁਹਾਡੇ ਕੋਲ ਭੇਜਦਾ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਭੇਜਦੇ ਹਨ ਵੀ ਮਾਤਾ ਜੀ ਹੌਸਲਾ ਦਿਓ, ਭੇਜ ਦਿਓ ਮਾਤਾ ਜੀ। ਤੁਹਾਡੇ ਵਾਸਤੇ ਗੁਰੂ ਸਾਹਿਬ ਸੁਣਿਆ ਭੇਜਦੇ ਹਨ ਵੀ ਮਾਤਾ ਜੀ ਹੌਸਲਾ ਰੱਖਣ, ਧੀਰਜ ਰੱਖਣ, ਇਸ ਕਰਕੇ ਭੇਜਿਆ ਹੈ। ਮਾਤਾ ਗੁਜਰੀ ਤੇ ਮਾਤਾ ਨਾਨਕੀ ਦੋਵਾਂ ਸੱਸਾਂ ਨੂੰ ਨੇ ਸੁਣ ਕੇ ਵਿਚਾਰ ਕੀਤੀ। ਆਪਣੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਦੇ ਪਿਆਰ ਵਿੱਚ ਭੇਜ ਕੇ ਸ਼ੋਕ ਤਿਆਗ ਦਿੱਤਾ ਮਾਤਾ ਨਾਨਕੀ ਨੇ। ਮਾਤਾ ਗੁਜਰੀ ਜੀ ਨੇ ਵੀ ਭਾਣਾ ਮੰਨ ਕੇ ਆਪਣੇ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਿੱਤਾ ਹੈ। ਜਦੋਂ ਦਸਤਾਰਬੰਦੀ ਦੀ ਰੀਤ ਹੁੰਦੀ ਹੈ ਪਿਤਾ ਦੀ ਥਾਂ ਤੇ ਪੁੱਤਰ ਨੂੰ ਪੱਗ ਬੰਨ੍ਹੀ ਜਾਂਦੀ ਹੈ। ਦਸਤਾਰਬੰਦੀ ਦਾ ਸਾਰਾ ਸਮਾਨ ਜੋ ਵੀ ਚਾਹੀਦਾ ਹੈ ਉਹ ਮੰਗਵਾ ਲਵੋ। ਜੇ ਇੱਥੋਂ ਦਸਤਾਰ ਦਾ ਹੋਰ ਸਮਾਨ ਲੱਭਦਾ ਹੈ ਤਾਂ ਇੱਥੋਂ ਮੁੱਲ ਲੈ ਲਵੋ, ਨਹੀਂ ਤੇ ਹੋਰ ਕਿਸੇ ਲੰਗਰ ਤੋਂ ਮਾਇਆ ਦੇ ਕੇ ਇਹ ਚੀਜ਼ਾਂ ਮੰਗਵਾ ਲਵੋ। ਥਾਂ ਥਾਂ ਤੇ ਮਾਇਆ ਦੇ ਕੇ ਬੰਦੇ ਭੇਜ ਦਿੰਦੇ ਹਨ। ਬਹੁਤ ਸਾਰੀਆਂ ਦਸਤਾਰਾਂ, ਬਹੁਤ ਸਾਰੇ ਕੱਪੜੇ, ਜੋ ਜੋ ਸਮਾਨ ਚਾਹੀਦਾ ਸੀ ਉਹ ਜਿੱਥੋਂ ਜਿੱਥੋਂ ਸਮਾਨ ਮਿਲਦਾ ਸੀ ਉੱਥੋਂ ਉੱਥੋਂ ਮੰਗਵਾ ਲਿਆ ਹੈ। ਪਸ਼ਮੀਨੇ ਦੇ ਵਧੀਆ ਮਹਿੰਗੇ ਕੱਪੜੇ ਮੰਗਵਾਏ ਹਨ ਔਰ ਰੇਸ਼ਮ ਦੇ ਕੱਪੜੇ ਮਹਿੰਗੇ ਤੋਂ ਮਹਿੰਗੇ ਮੰਗਵਾਏ ਹਨ ਔਰ ਬਹੁਤ ਸਾਰਾ ਪੈਸਾ ਦੇ ਕੇ ਪਿੰਡਾਂ ਵਿੱਚੋਂ ਘਿਓ ਇਕੱਠਾ ਕੀਤਾ ਹੈ। ਸ਼ੱਕਰ ਚਿੱਟੇ ਰੰਗ ਦੀ ਖੰਡ ਆਦਿ ਇਸ ਪ੍ਰਕਾਰ ਦੀਆਂ ਬਹੁਤ ਸਾਰੀਆਂ ਚੀਜ਼ਾਂ ਜਗ ਵਾਸਤੇ, ਲੰਗਰ ਵਾਸਤੇ ਜੋ ਭੋਗ ਵਾਲੇ ਦਿਨ ਸੰਗਤਾਂ ਨੇ ਆਉਣਾ ਹੈ ਔਰ ਨਵਾਂ ਜਗ ਹੋਣਾ ਹੈ, ਲੰਗਰ ਚੱਲਣਾ ਹੈ, ਉਹ ਸਾਰਾ ਸਮਾਨ ਗੱਡਿਆਂ ਤੇ ਰੇਹੜਿਆਂ ਤੇ ਰੱਖ ਕੇ ਮੰਗਵਾ ਲਿਆ ਹੈ। ਜਿੰਨੀ ਵਸਤੂ ਚਾਹੀਦੀ ਸੀ ਉਸ ਤੋਂ ਜ਼ਿਆਦਾ ਲਈ ਹੈ। ਕਹਿੰਦੇ ਗੁਰੂ ਸਾਹਿਬ ਜੀ ਦਾ ਇਹ ਸਾਰਾ ਬਚਨ ਦੇਸ ਸੁਣਾਈ ਦੇ ਰਿਹਾ ਹੈ, ਸਾਰੀ ਦੁਨੀਆਂ 'ਚ ਹੌਲੇ ਹੌਲੇ ਖਬਰ ਫੈਲਦੀ ਜਾ ਰਹੀ ਹੈ ਔਰ ਸਾਰੀ ਦੁਨੀਆਂ ਨਾਲ ਗੁਰੂ ਸਾਹਿਬ ਆਉਣਾ ਚਾਹੁੰਦੀ ਹੈ। ਇਹ ਦੁੱਖ ਦੀ ਘੜੀ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਵਿਛੋੜਾ ਸਾਰਿਆਂ ਦੇ ਲਈ ਅਸਹਿ ਹੈ ਔਰ ਸਾਰੇ ਹੀ ਇਸ ਦੁੱਖ ਦੀ ਘੜੀ 'ਚ ਗੁਰੂ ਦਸਵੇਂ ਪਾਤਸ਼ਾਹ ਨੂੰ ਮਿਲਣ ਲਈ ਆ ਰਹੇ ਹਨ। ਸੇਵਕ ਸੇਖ ਮਸੰਦ ਤਿਆਰ ਪਰ ਤਿਆਰ ਹੋ ਕੇ ਬਹੁਤ ਕੀਮਤੀ ਦਸਤਾਰਾਂ ਮਹਿੰਗੀਆਂ ਤੋਂ ਮਹਿੰਗੀਆਂ ਲੈ ਕੇ ਆਏ ਹਨ। ਗੁਰੂ ਦੀ ਸੰਗਤ ਨੂੰ ਇਕੱਠਿਆਂ ਕਰਕੇ ਸੰਗਤ ਨੂੰ ਮਹਿਮਾ ਦੱਸੀ ਹੈ ਵੀ ਗੁਰੂ ਘਰ ਜਾਣ ਦਾ ਕੀ ਮਹੱਤਵ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਭੋਗ ਤੇ ਜਾਣ ਦਾ ਕੀ ਮਹੱਤਵ ਹੈ। ਐਸਾ ਮਹੱਤਵ ਦੱਸ ਕੇ ਸੰਗਤ ਨੂੰ ਤਿਆਰ ਕੀਤਾ ਅਨੰਦਪੁਰ ਸਾਹਿਬ ਜਾਣ
ਤੇ ਸਾਰੀ ਸੰਗਤ ਚੱਲੋ। ਗੁਰੂ ਸਾਹਿਬ ਜੀ ਦੀ ਉਮਰ ਛੋਟੀ ਹੈ, 9 ਸਾਲ ਦੇ ਹਨ। ਉਹਨਾਂ ਦਾ ਰਾਜ ਗੱਦੀ 'ਤੇ ਅਭਿਸ਼ੇਕ ਹੋਣਾ ਹੈ, ਗੁਰਤਾ ਗੱਦੀ ਉੱਤੇ ਉਹਨਾਂ ਨੇ ਸਵਾਰਮਾਨ ਹੋਣਾ ਹੈ। ਅਨੰਦਪੁਰ ਸਾਹਿਬ ਬਹੁਤ ਵੱਡਾ ਇਕੱਠ ਹੋਣਾ, ਹਜ਼ਾਰਾਂ ਸੰਗਤਾਂ ਇਕੱਠੀਆਂ ਹੋਣੀਆਂ ਨੇ। ਸਾਰੇ ਇਕੱਠੇ ਹੋ ਕੇ ਚੱਲੋ, ਬੜਾ ਭਾਰੀ ਉਤਸਵ, ਬੜੇ ਭਾਰੀ ਸਮਾਗਮ ਹੋਣੇ ਹਨ। ਚਾਰੇ ਦਿਸ਼ਾ ਦੇ ਉੱਤਰ, ਦੱਖਣ, ਪੂਰਬ, ਪੱਛਮ ਦੇ ਸੇ ਇਕੱਠੇ ਹੋ ਕੇ ਚੱਲ ਪਏ ਅਨੰਦਪੁਰ ਸਾਹਿਬ ਵੱਲ। ਕਹਿੰਦੇ ਆਉਣ ਵਿੱਚ ਦੇਰੀ ਨਹੀਂ ਕਰਦੇ, ਛੇਤੀ ਗੁਰੂ ਦੀ ਨਗਰੀ ਅਨੰਦਪੁਰ ਸਾਹਿਬ ਪਹੁੰਚ ਚੱਲੀਏ। ਰਸਤੇ ਦੇ ਵਿੱਚ ਬੜੀ ਭਾਰੀ ਵਹੀਰ ਹੈ, ਸੰਗਤ ਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਪਿਆਰ ਕਰਨ ਵਾਲੀ ਚੱਲ ਪਈ ਹੈ। ਕਿਸੇ ਪਿੰਡ ਤੋਂ 100, ਕਿਸੇ ਤੋਂ 50, ਕਿਸੇ ਤੋਂ 10, ਕਿਸੇ ਤੋਂ 20 ਸਿੱਖ ਚੱਲ ਪਏ ਹਨ। ਅਨੰਦਪੁਰ ਸਾਹਿਬ ਮਹਾਰਾਜ ਦੇ ਜਗ ਸਮਾਗਮ ਤੋਂ ਪਹਿਲਾਂ ਸੰਗਤਾਂ ਦੀ ਭੀੜ ਇਕੱਠੀ ਹੋਈ ਜਾਂਦੀ ਹੈ ਔਰ ਸਿੱਖ ਆਪਸ ਮਿਲ ਕੇ ਗੱਲਾਂ ਬਾਤਾਂ ਕਰਦੇ ਹਨ। ਗੁਰੂ ਸਾਹਿਬ ਜੀ ਦੇ ਗੁਣਾਂ ਨੂੰ ਸੁਣ ਸੁਣ ਕੇ ਆਨੰਦ ਮਾਣਦੇ ਨੇ, ਖੁਸ਼ ਹੁੰਦੇ ਨੇ। ਮਹਾਰਾਜ ਦਸਮ ਪਾਤਸ਼ਾਹ ਜੀ ਦਾ ਸਰੀਰ ਛੋਟਾ 9 ਸਾਲ ਦੇ ਹਨ, ਪਰ ਚੰਦਰਮਾ ਵਰਗਾ ਸੁੰਦਰ ਮੁਕੜਾ ਹੈ। ਮਹਾਰਾਜ ਦੇ ਸੁੰਦਰ ਸਰੂਪ ਦੇ ਦਰਸ਼ਨ ਕਰਦੀਆਂ ਨੇ। ਮਹਾਰਾਜ ਦੀ ਮਤੀ ਬੜੀ ਚੰਚਲ, ਚਪਲ, ਸਿਆਣੇ ਹਨ, ਹਰ ਗੱਲ ਬੜੀ ਬਰੀਕੀ ਨਾਲ ਸਮਝਦੇ ਹਨ ਔਰ ਸੁੰਦਰ ਸਰੂਪ ਹੈ ਮਹਾਰਾਜ ਦਸਮ ਪਾਤਸ਼ਾਹ ਜੀ ਦਾ। ਸਭ ਦੇ ਮੂੰਹ ਤੋਂ ਧੰਨ ਗੁਰੂ, ਧੰਨ ਗੁਰੂ ਦਾ ਜਾਪ ਹੁੰਦਾ ਹੈ। ਮਹਾਰਾਜ ਦੇ ਨੇਤਰਾਂ ਵਿੱਚ ਚੰਚਲਤਾ ਵੀ ਹੈ ਔਰ ਲਾਜ ਵੀ ਹੈ। ਸ਼ਰਨਾਏ ਦੀ ਲਾਜ ਰੱਖਦੇ ਨੇ ਔਰ ਚੰਚਲਤਾ ਇਸ ਕਰਕੇ ਆ ਵੀ ਹਰ ਇੱਕ ਗੱਲ ਨੂੰ ਬੜੀ ਬਰੀਕੀ ਨਾਲ, ਗਹਿਰਾਈ ਨਾਲ ਦੇਖਦੇ ਨੇ। ਹਰ ਗੱਲ ਦੇ ਉੱਤੇ ਬੜੀ ਸੋਚ ਲੈਂਦੇ ਨੇ, ਡਿਸੀਜਨ ਲੈ ਲੈਂਦੇ ਨੇ। ਮਾਤਾ ਸ੍ਰੀ ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ ਪਸੰਦਾਂ ਨੂੰ ਕਹਿਣ ਲੱਗੇ ਕਿ ਗੁਰੂ ਮਹਾਰਾਜ ਦੇ ਸਮੇਤ ਬਹੁਤ ਵੱਡਾ ਜਪ ਕਰਨਾ ਹੈ, ਅਨੇਕਾਂ ਪ੍ਰਕਾਰ ਦੇ ਲੰਗਰ ਪਦਾਰਥ ਬਣਨੇ ਚਾਹੀਦੇ ਹਨ। ਜਿੱਥੇ ਵੀ ਸਾਧੂ ਸੰਤ ਮਹਾਤਮਾ ਰਹਿੰਦੇ ਨੇ, ਸਭ ਧਰਮਾਂ ਦੇ, ਸਭ ਸੰਪਰਦਾਵਾਂ ਦੇ ਮਹਾਂਪੁਰਸ਼ਾਂ, ਸਾਰਿਆਂ ਸਾਧੂਆਂ ਮਹਾਤਮਾ ਨੂੰ ਬੁਲਾ ਕੇ ਦਿੱਤਾ ਹੈ। ਕਹਿੰਦੇ ਕੋਈ ਪੂੜੇ ਬਣਾ ਰਿਹਾ ਤੇ ਕੋਈ ਪੂੜੀਆਂ ਬਣਾ ਰਿਹਾ ਹੈ ਔਰ ਉਹ ਪੂੜਿਆਂ ਦੇ ਅੰਬਾਰ ਥਾਂ ਥਾਂ ਤੇ ਲਾਏ ਜਾ ਰਹੇ ਨੇ, ਵੱਡੇ ਵੱਡੇ ਕੜਾਹੇ ਚੜਾ ਦਿੱਤੇ ਨੇ ਚੁੱਲ੍ਹਿਆਂ ਤੇ, ਬਹੁਤ ਬਣਾ ਬਣਾ ਕੇ ਰੱਖਿਆ ਜਾ ਰਿਹਾ ਹੈ। ਸੰਗਤਾਂ ਨੂੰ ਛਕਾਉਣਾ ਹੈ ਸਵੇਰੇ, ਬੜੇ ਦੁੱਧ ਦੇ, ਦਹੀਂ ਦੇ ਬੜੇ, ਮਾਂ ਦੇ ਬੜੇ, ਕਚੌੜੀਆਂ, ਖੇਤਾਂ ਰਾਇਤੇ, ਭਾਂਤ ਭਾਂਤ ਦੇ ਸਵਾਦਿਸ਼ਟ ਭੋਜਨ ਤਿਆਰ ਕੀਤੇ ਜਾ ਰਹੇ ਨੇ ਔਰ ਬੜੇ ਸਿਆਣੇ ਹਲਵਾਈ ਲੱਗੇ ਨੇ ਜਿਨ੍ਹਾਂ ਦੇ ਹੱਥ 'ਚ ਬੜੀ ਸਫਾਈ ਹੈ ਔਰ ਬੜੀ ਖੁਸ਼ੀ ਨਾਲ, ਬੜੀ ਪਵਿੱਤਰਤਾ ਨਾਲ ਵਧੀਆ ਲੰਗਰ ਤਿਆਰ ਕਰਦੇ ਹਨ। ਕਹਿੰਦੇ ਅਨੇਕਾਂ ਪ੍ਰਕਾਰ ਦੀ ਰਸੋਈ ਪਾਕ ਪਵਿੱਤਰ ਸ਼ੁੱਧ ਬਣਾਈ ਹੈ ਔਰ ਪੂੜਿਆਂ ਦੇ ਢੇਰ ਲੱਗਦੇ ਜਾ ਰਹੇ ਨੇ। ਜਿੱਥੇ ਬੜੇ ਬੜੇ ਵੱਖਰੇ ਵੱਖਰੇ ਦੇਸ਼ਾਂ ਦੇ ਸਾਧੂ ਸੰਤ ਮਹਾਤਮਾ, ਕੋਈ ਸੰਨਿਆਸੀ, ਕੋਈ ਵੈਰਾਗੀ, ਕੋਈ ਯੋਗੀ, ਕੋਈ ਹਿੰਦੂ ਮੁਸਲਮਾਨ, ਸਭ ਧਰਮਾਂ ਦੇ ਲੋਕਾਂ ਨੇ ਆਉਣਾ ਹੈ। ਜਿੱਥੇ ਜਿੱਥੇ ਸਾਧੂ ਸੰਤ ਮਹਾਤਮਾ ਰਹਿੰਦੇ ਨੇ, ਉਹਨਾਂ ਨੂੰ ਸੁਨੇਹਾ ਦੇ ਕੇ ਬੁਲਾ ਕੇ ਲਿਆਉਂਦਾ ਹੈ ਸਾਧ ਜੀ ਦੇ ਪ੍ਰੋਗਰਾਮ ਵਿੱਚ। ਕਹਿੰਦੇ ਜਮਾਤਾਂ ਦੀਆਂ ਜਮਾਤਾਂ ਸਾਧੂ ਦੀਆਂ ਤੁਰੀਆਂ ਆਉਂਦੀਆਂ ਨੇ ਸੁਬਹ
ਰਹੇ ਨੇ ਔਰ ਬ੍ਰਾਹਮਣਾਂ ਦੇ ਵੀ ਟੋਲਿਆਂ ਦੇ ਟੋਲੇ ਆ ਰਹੇ ਨੇ ਹੋਰ ਜਾਤਾਂ ਦੇ ਲੋਕ ਗਰੀਬ ਅਮੀਰ ਸਭ ਕੁਛ ਆ ਰਹੇ ਨੇ ਸਾਰਿਆਂ ਦਾ ਸਨਮਾਨ ਕਰ ਰਹੇ ਨੇ ਗੁਰੂ ਪੰਜੀ ਪ੍ਰਕਾਸ਼ ਜੀ ਉਹਨਾਂ ਦੇ ਥਾਪੇ ਹੋਏ ਮਸੰਦ ਸਾਰਿਆਂ ਨੂੰ ਬੜੀ ਇੱਜ਼ਤ ਦੇ ਨਾਲ ਪ੍ਰਸ਼ਾਦਾ ਪਾਣੀ ਦਿੰਦੇ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉੱਚੇ ਮਹਿਲ ਦੇ ਉੱਤੇ ਚੜ੍ਹ ਕੇ ਉੱਚੀ ਥਾਂ ਤੇ ਖੜ੍ਹ ਕੇ ਆਈ ਹੋਈ ਸੰਗਤ ਨੂੰ ਦੇਖਦੇ ਹਨ ਔਰ ਸਾਰੇ ਮਸੰਦਾਂ ਨੇ ਸਿਆਣਪ ਦੇ ਨਾਲ ਪੰਗਤਾਂ ਲਵਾਈਆਂ ਸੰਨਿਆਸੀਆਂ ਬੈਰਾਗੀਆਂ ਵਿੱਚ ਸਾਧੂ ਸੰਪਰਦਾਵਾਂ ਵਿੱਚ ਪੰਗਤ ਦੀ ਵੱਖਰੀ ਮਰਿਆਦਾ ਹੁੰਦੀ ਹੈ ਉਹਦੇ ਮੁਤਾਬਕ ਉਹਨਾਂ ਨੂੰ ਬਿਠਾਇਆ ਜਾਂਦਾ ਹੈ ਗੁਰੂ ਸਾਹਿਬ ਦੀ ਮਰਿਆਦਾ ਪੁਰਸ਼ੋਤਮ ਵੀ ਹਨ ਸਾਰਿਆਂ ਦੇ ਧਰਮ ਦਾ ਵੀ ਸਤਿਕਾਰ ਖਿਆਲ ਰੱਖਦੇ ਹਨ ਇਸ ਕਰਕੇ ਜੈਸੀ ਜੈਸੀ ਯੋਗਤਾ ਅਨੁਸਾਰ ਪੰਗਤ ਲਾਈ ਗਈ ਹੈ ਅਤੇ ਉਹਨਾਂ ਨੂੰ ਬਿਠਾਇਆ ਗਿਆ ਹੈ ਕਹਿੰਦੇ ਬਹੁਤ ਸੰਗਤਾਂ ਦੀ ਭੀੜ ਹੈ ਸ਼ਗਨ ਛਕਾਉਣ ਵਾਲੇ ਹਜ਼ਾਰਾਂ ਹੀ ਹਨ ਬੈਠੋ ਜੀ ਆਓ ਜੀ ਕਹਿ ਕੇ ਸਤਿਕਾਰ ਨਾਲ ਬਿਠਾਉਂਦੇ ਹਨ ਕਹਿੰਦੇ ਬਹੁਤ ਸਾਰੇ ਆਹਾਰ ਪਰੋਸਣ ਵਾਲੇ ਰਸੋਈਏ ਵਰਤਾਵੇ ਲੱਗੇ ਹੋਏ ਹਨ ਕਹਿੰਦੇ ਇੱਕ ਵਾਰੀ ਇੰਨਾ ਕੁਝ ਪਾ ਦਿੰਦੇ ਪਾ ਦਿੰਦੇ ਦੌੜ ਦੌੜ ਕੇ ਜਿੱਥੇ ਵੀ ਕਿਸੇ ਨੂੰ ਕੋਈ ਚੀਜ਼ ਦੀ ਲੋੜ ਹੁੰਦੀ ਹੈ ਦਾਲ ਦੀ ਸਬਜ਼ੀ ਦੀ ਰਾਇਤੇ ਦੀ ਫਲ ਦੀ ਜੋ ਵੀ ਵਰਤਾਰਾ ਵਰਤ ਰਿਹਾ ਹੈ ਉਹ ਬੜੀ ਫੁਰਤੀ ਨਾਲ ਸੁਗੜਤਾ ਨਾਲ ਵਰਤਾਉਂਦੇ ਹਨ ਜਦੋਂ ਸਾਰਿਆਂ ਨੂੰ ਸਾਲੀਆਂ ਵਿੱਚ ਪਰੋਸਿਆ ਗਿਆ ਸਾਰੇ ਸਵਾਦ ਔਰ ਬਾਰ ਬਾਰ ਸਰਾਹਨਾ ਕਰਦੇ ਹਨ ਸਾਰੇ ਕਹਿੰਦੇ ਨੇ ਕਹਿੰਦੇ ਇੰਨਾ ਸਵਾਦ ਖਾਣਾ ਕਦੀ ਨਹੀਂ ਖਾਧਾ ਹੋਵੇ ਵੀ ਕਿਉਂ ਇਹੋ ਜਿਹੇ ਸਤਿਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦੀ ਦਰਗਾਹ ਗੁਰੂ ਕਿੱਥੇ ਲੱਭਦਾ ਹੈ ਗੁਰਦੇਵ ਮਹਾਰਾਜ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਜਾਗ ਕੀਤਾ ਹੈ ਜਵਾਬ ਗੁਰੂ ਮਹਾਰਾਜ ਨੌਵੇਂ ਪਾਤਸ਼ਾਹ ਤਰਨ ਤਾਰਨ ਪ੍ਰਵੀਨ ਸਨ ਨੇ ਬੜਾ ਪ੍ਰਚਾਰ ਵਰਤਾਇਆ ਹੈ ਕਿਸੇ ਨੇ ਕੁੜੀਆਂ ਅਤੇ ਕੂੜੇ ਵਰਤਾਏ ਹਨ ਜੀਰਾ ਪਾ ਕੇ ਬੜੇ ਸੋਹਣੇ ਦਹੀਂ ਦੇ ਵਿੱਚ ਬੜੇ ਪਾ ਕੇ ਵਰਤਾਏ ਹਨ ਕਹਿੰਦੇ ਬਿਨਾਂ ਮੰਗਿਆ ਹੀ ਵੇਖ ਲੈਂਦੇ ਆ ਵੀ ਕਿੰਨਾ ਕਿਸ ਨੂੰ ਲੋੜ ਹੈ ਸਿਆਣੇ ਜਿਹੜੇ ਵਰਤਾਵੇ ਹਨ ਉਸ ਨੂੰ ਵੱਧ ਪਾਉਂਦੇ ਹਨ ਤਾਂ ਕਿ ਅਗਲਾ ਭੁੱਖਾ ਨਾ ਰਹੇ ਰੱਜ ਕੇ ਛਕਦੇ ਨੇ ਤ੍ਰਿਪਤ ਹੁੰਦੇ ਨੇ ਬੜਾ ਸਵਾਦਿਸ਼ਟ ਭੋਜਨ ਬਣਿਆ ਹੈ ਲਓ ਜੀ ਛਕੋ ਜੀ ਇੱਦਾਂ ਦੌੜੇ ਫਿਰਦੇ ਨੇ ਵਰਤਾਵੇ ਤੇ ਘੋੜਾ ਜਿਹੜੇ ਸਮੇਂ ਸਮੇਂ ਸਾਰੇ ਛੱਕ ਰਹੇ ਨੇ ਇਹ ਵੀ ਜਲ ਵਰਤਾਉਣ ਵਾਲੇ ਹਨ ਪਾਣੀ ਦੇ ਜੱਗ ਭਰ ਭਰ ਕੇ ਸਾਰੇ ਨੂੰ ਨਿਰਮਲ ਪਾਣੀ ਨਿਰਮਲ ਸਾਫ ਹੁੰਦਾ ਜਲ ਛਕਾਉਂਦੇ ਹਨ ਔਰ ਪ੍ਰਸੰਨ ਹਨ ਖੁਸ਼ੀ ਦੇ ਨਾਲ ਲੰਗਰ ਵਰਤਾਇਆ ਜਾ ਰਿਹਾ ਅਤੇ ਖੁਸ਼ੀ ਦੇ ਨਾਲ ਹੀ ਖਾਇਆ ਜਾ ਰਿਹਾ ਹੈ ਸਾਰਿਆਂ ਨੇ ਜਲ ਪਾਣੀ ਛਕਿਆ ਹੈ ਅਤੇ ਫਿਰ ਹੱਥ ਧੋਏ ਹਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਧੰਨ ਗੁਰੂ ਤੇਗ ਬਹਾਦਰ ਸਾਹਿਬ ਇਹ ਸ਼ਬਦ ਸਾਰਿਆਂ ਦੇ ਮੂੰਹ ਤੋਂ ਨਿਕਲਦਾ ਹੈ ਤਾਂ ਮਹਾਰਾਜ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੀਆਂ ਮਾਤਾਵਾਂ ਦੇ ਨਾਲ ਮਸੰਦਾਂ ਨੂੰ ਬਹੁਤ ਮਾਇਆ ਦਿੱਤੀ ਉਹਨਾਂ ਦਾ ਸਨਮਾਨ ਕੀਤਾ ਸਤਿਕਾਰ ਕੀਤਾ ਜਿਹੜੇ ਆਏ ਸਨ ਦੂਰੋਂ ਨੇੜੇ ਉਹਨਾਂ ਨੂੰ ਸਰੋਪੇ ਦਿੱਤੇ ਮਸੰਦਾਂ ਨੂੰ ਇਹ ਕਿਹਾ ਹੈ ਵੀ ਜਾ ਕੇ ਜਿੰਨੇ ਵੀ ਸਾਧੂ ਸੰਤ ਮਹਾਤਮਾ ਸੰਨਿਆਸੀ ਵੈਰਾਗੀ ਜੋ ਜਨਮ ਆਏ ਨੇ
ਸਾਰਿਆਂ ਨੂੰ ਦਾਨ ਦਕਸ਼ਣਾ ਦਿਓ ਤਾਂ ਕਿ ਰੌਲਾ ਨਾ ਪਵੇ। ਔਰ ਵਿਧੀ ਪੂਰਵਕ ਸਾਰਿਆਂ ਦਾ ਮਾਣ ਸਨਮਾਨ ਕਰੋ, ਕੋਈ ਖਾਲੀ ਵੀ ਨਾ ਜਾਵੇ ਅਤੇ ਕੋਈ ਰੌਲਾ ਵੀ ਨਾ ਪਾਵੇ। ਮੈਨੂੰ ਘੱਟ ਮਿਲਿਆ ਹੈ, ਸਾਰਿਆਂ ਦਾ ਯਥਾ ਯੋਗ ਸਨਮਾਨ ਕਰਕੇ ਦਾਨ ਦਕਸ਼ਣਾ ਦੇ ਕੇ ਤੋਰੋ। ਸੋ ਮਸੰਦਾ ਨੇ ਸਾਧ ਸੰਗਤ ਜੀ ਇਹ ਗੁਰੂ ਮਹਾਰਾਜ ਸਾਹਿਬ ਦਾ ਹੁਕਮ ਪਾ ਕੇ ਸਾਰੀ ਮਾਇਆ ਹੱਥ ਵਿੱਚ ਲੈ ਲਈ ਹੈ ਅਤੇ ਜਾ ਕੇ ਲੰਗਰ ਤੋਂ ਉਪਰੰਤ ਸਭ ਨੂੰ ਵਰਤਾਉਣ ਲੱਗ ਪਏ ਹਨ। ਸੰਤਾਂ ਮਹੰਤਾਂ ਨੇ ਬੜੇ ਸਤਿਕਾਰ ਦੇ ਨਾਲ ਮਾਇਆ ਦਿੱਤੀ ਹੈ। ਕਹਿੰਦੇ ਸਾਰੇ ਖੁਸ਼ ਹੋਏ ਨੇ ਅਤੇ ਸਰਾਹਣਾ ਕਰਦੇ ਵਡਿਆਈ ਕਰਦੇ ਜਾ ਰਹੇ ਨੇ। ਜਿਵੇਂ ਗੁਰੂ ਸਾਹਿਬ ਜੀ ਨੇ ਪਹਿਲਾਂ ਲਿਖਿਆ ਸੀ ਉਸੇ ਤਰ੍ਹਾਂ ਹੀ ਕੀਤਾ ਗਿਆ ਹੈ। ਗੁਰੂ ਮਹਾਰਾਜ ਸਵਰਗੀ ਪਾਤਸ਼ਾਹ ਜੀ ਪੂਰਨ ਕਲਾ ਦੇ ਮਾਲਕ ਹਨ। ਗੁਰੂ ਹਰਗੋਬਿੰਦ ਸਾਹਿਬ ਵਰਗੇ ਹੋਣਗੇ, ਸਾਰੀ ਸੰਗਤ ਇਹ ਕਹਿ ਰਹੀ ਹੈ। ਜਿਵੇਂ ਇਹਨਾਂ ਦੇ ਦਾਦਾ ਜੀ ਸਨ ਮਹਾਬਲੀ, ਉੱਦਾਂ ਦੀ ਇਹਨਾਂ ਦੀ ਦੀਲ ਡੋਲ, ਉੱਦਾਂ ਦਾ ਇਹਨਾਂ ਦਾ ਵਿਚਾਰ, ਉੱਦਾਂ ਦੇ ਖਿਆਲ ਲੱਗਦੇ ਹਨ। ਉਸੇ ਤਰ੍ਹਾਂ ਦੇ ਹੀ ਹੋਣਗੇ ਸੂਰਬੀਰ ਬਹਾਦਰ ਯੋਧੇ, ਇਹਨਾਂ ਦੇ ਚਿਹਰੇ 'ਤੇ ਉਤਸ਼ਾਹ ਵੀ ਉੱਦਾਂ ਦਾ, ਇਹਨਾਂ ਦੀ ਬੁੱਧੀ, ਇਹਨਾਂ ਦੀ ਸੋਭਾ ਚੰਗਦਮ ਇੱਦਾਂ ਦੀ ਲੱਗਦੀ ਹੈ ਜਿਵੇਂ ਜਿਵੇਂ ਹਰਗੋਬਿੰਦ ਸਾਹਿਬ ਜੀ ਦਾ ਸਮਾਂ ਵੇਖਿਆ ਸੀ। ਔਰ ਹਿਰਦੇ ਕਰਕੇ ਵੀ ਉਦਾਰ ਆਤਮਾ ਨੂੰ ਖੁੱਲ੍ਹੇ ਦਿਲ ਵਾਲੇ ਹਨ। ਬਹੁਤ ਲੋਕਾਂ ਨੂੰ ਨਿਹਾਲ ਕਰਨਗੇ ਔਰ ਸਾਰਿਆਂ 'ਤੇ ਕਿਰਪਾ ਕਰਨਗੇ, ਸਭ ਨੂੰ ਆਨੰਦ ਖੁਸ਼ੀਆਂ ਦੇਣਗੇ। ਦੂਜਾ ਸੁਣ ਕੇ ਕਹਿੰਦਾ ਹੈ, ਕਹਿੰਦੇ ਇਹਦੇ ਵਿੱਚ ਕਾਹਦੀ ਅਸਰ ਦੀ ਬਾਤ ਹੈ, ਜਿਹੋ ਜਿਹੇ ਪਿਓ ਦਾਦੇ ਹੁੰਦੇ ਨੇ ਉੱਦਾਂ ਦੇ ਬੱਚੇ ਹੁੰਦੇ ਨੇ। ਜੈਸੇ ਮਹਾਰਾਜ ਜੀ ਹਰਗੋਬਿੰਦ ਸਾਹਿਬ ਮਹਾਂਬਲੀ ਹੋਏ ਨੇ ਉਸੇ ਤਰ੍ਹਾਂ ਇਹਨਾਂ ਦਾ ਪੋਤਾ ਹੋਵੇਗਾ। ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਅਨੇਕਾਂ ਦਾਸਾਂ ਨੂੰ ਜਿਨ੍ਹਾਂ ਨੇ ਮੁਕਤੀ ਦਿੱਤੀ ਹੈ, ਭਵ ਸਾਗਰ ਤੋਂ ਬੇੜੇ ਪਾਰ ਲਾਏ ਹਨ। ਇਹੋ ਜੀ ਕੁੱਲ ਵਿੱਚ ਜਿਨ੍ਹਾਂ ਦਾ ਜਨਮ ਹੋਇਆ ਹੈ, ਜਿਨ੍ਹਾਂ ਦੇ ਵੱਡੇ ਪਾਰ ਹੋਣਗੇ ਉਹ ਇਹਨਾਂ ਦੀ ਸੇਵਾ ਕਰਨਗੇ। ਇਸ ਤਰ੍ਹਾਂ ਸਾਰੇ ਲੋਕ ਗੁਰੂ ਮਹਾਰਾਜ ਦਸਮ ਪਾਤਸ਼ਾਹ ਦਾ ਜਸ ਕਰਦੇ ਨੇ। ਮਹਾਰਾਜ ਨੇ ਸਾਰੇ ਦਾਨ ਦਕਸ਼ਣਾ ਦਿੱਤੀ ਹੈ, ਉਹ ਰੱਜ ਗਏ ਹਨ, ਪ੍ਰਸੰਨ ਹੋ ਗਏ ਹਨ। ਰੀਝ ਕੇ ਦਾਨ ਦੀ ਮੰਗਣ ਕੋਈ ਨਾ ਕਰਨ ਮਗ ਪੀ ਨਾ, ਇਹਨਾਂ ਨੂੰ ਮਹਾਰਾਜ ਰੀਝ ਕੇ ਦਾਨ ਦੇ ਦਿੰਦੇ ਨੇ, ਇਹਨਾਂ ਨੂੰ ਮੰਗਣ ਦੀ ਗੁੰਜਾਇਸ਼ ਨਹੀਂ ਦਿੰਦੇ। ਇਸ ਤਰ੍ਹਾਂ ਨਿਹਾਲ ਕਰ ਦਿੱਤਾ ਹੈ। ਕਹਿੰਦੇ ਅਸੀਸਾਂ ਦਿੰਦੇ ਬੜੇ ਪ੍ਰਸੰਨ ਹੋ ਕੇ, ਮਹਾਰਾਜ ਚੜ੍ਹਦੀ ਕਲਾ ਵਿੱਚ ਰਹਿਣ ਵਧੀਆ ਹੁੰਦਾ ਮਹਾਰਾਜ, ਸਾਰੇ ਸਾਧੂ ਸੰਤ ਮਹਾਤਮਾ ਇੱਦਾਂ ਆਸ਼ੀਰਵਾਦ ਦੇ ਕੇ ਗਏ ਹਨ। ਗੁਰੂ ਦੇ ਪੁੱਤਰ ਦੀ ਵੱਡੀ ਉਮਰ ਹੋਵੇ, ਹਾਂ ਜਿੰਨਾ ਚਿਰ ਦੁਨੀਆਂ 'ਤੇ ਗੁੱਸਾ ਜੰਮਣਾ ਵਰਗੀਆਂ ਨੇ ਉਹਨਾਂ ਚਿਰ ਗੁਰੂ ਗੋਬਿੰਦ ਸਿੰਘ ਜੀ ਤੁਹਾਡਾ ਨਾਮ ਰਵੇ ਦੁਨੀਆਂ 'ਤੇ। ਇਸ ਤਰ੍ਹਾਂ ਬੜਾ ਭਾਰੀ ਜੰਗ ਹੋਇਆ ਅਤੇ ਬੜੀ ਭਾਰੀ ਸੰਗਤਾਂ ਦੀ ਭੀੜ ਹੋਈ। ਸ੍ਰੀ ਅਨੰਦਪੁਰ ਸਾਹਿਬ 'ਚ ਬੜਾ ਹੀ ਆਨੰਦ ਸੀ, ਬੜੀ ਖੁਸ਼ੀ ਸੀ ਔਰ ਸਾਰੀ ਸੰਗਤ ਪ੍ਰਸੰਨ ਹੋ ਕੇ ਲੰਗਰ ਛੱਕ ਕੇ ਗਈ ਹੈ। ਜਿੰਨੇ ਮਸੰਦ ਆਏ ਸੀ ਸਭ ਨੇ ਲੰਗਰ ਛਕਿਆ ਹੈ। ਦੇਸ਼ਾਂ ਪ੍ਰਦੇਸ਼ਾਂ ਦੇ ਜਿਹੜੇ ਲੋਕ ਆਏ ਸਨ ਸਾਰਿਆਂ ਨੇ ਬੜੇ ਚਾਹ ਦੇ ਨਾਲ ਡੇਰੇ ਪਾਏ ਸਨ, ਤੰਬੂ ਪਾਏ ਸਨ ਆਪਣੇ। ਉਹ ਦਿਨ ਬੀਤ ਗਿਆ ਅਤੇ ਰਾਤ ਵੀ ਬੀਤ ਗਈ। ਅਗਲੇ ਦਿਨ ਸਵੇਰੇ ਵੀ ਕੀਰਤਨ ਸ਼ੁਰੂ ਹੋ ਗਿਆ। ਬੜਾ ਭਾਰੀ ਕੁਲਾਹਲ ਹੋਇਆ, ਬੜੇ ਪ੍ਰਸੰਨ ਹੋ ਕੇ ਲੋਕ ਆਏ ਨੇ, ਆਪਸ 'ਚ ਬੜੇ ਪਿਆਰ ਨਾਲ ਮਿਲੇ ਹਨ।
ਫੱਗਣ ਦੇ ਮਹੀਨੇ ਦਾ ਪਹਿਲਾ ਪੱਖ ਆ ਗਿਆ। ਪੰਚਮੀ ਵਾਲਾ ਦਿਨ ਸੀਗਾ ਉਹ ਦਿਨ ਮਹਾਰਾਜ ਦੀ ਦਸਤਾਰ ਬੰਦੀ ਵੀ ਠਹਿਰਾਇਆ ਗਿਆ। ਜਿਹੜੇ ਸਿਆਣੇ ਲੋਕ ਜਿਨ੍ਹਾਂ ਨੂੰ ਖਬਰ ਹੋਈ ਹੈ ਛੇਤੀ ਨਾਲ ਦਸਤਾਰ ਬੰਦੀ ਚ ਵੀ ਆਏ ਲਾਹੌਰ ਅੰਮ੍ਰਿਤਸਰ ਗੋਇੰਦਵਾਲ ਆਦਿ ਸ਼ਹਿਰਾਂ ਤੋਂ ਸੰਗਤ ਆਇਆ ਹੈ। ਸਾਰੀ ਸੰਗਤ ਸੰਗਤ ਦੇ ਨਾਲ ਚੱਲ ਪੈਂਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਨੌ ਗੁਰੂਆਂ ਨੇ ਜਿਨ੍ਹਾਂ ਨੂੰ ਵਡਿਆਈਆਂ ਦਿੱਤੀਆਂ ਨੇ ਉਹ ਆ ਰਹੇ ਨੇ ਗੁਰੂ ਸਾਹਿਬ ਦੇ ਕੋਲ ਸ੍ਰੀ ਅਨੰਦਪੁਰ ਸਾਹਿਬ ਵਿੱਚ। ਸਿੱਖ ਸੰਗਤਾਂ ਬਹੁਤ ਵੱਡਾ ਡੇਰਾ ਅਨੰਦਪੁਰ ਸਾਹਿਬ ਕੀਤੇ ਥਾਂ ਥਾਂ ਦੇ ਡੇਰੇ ਲੱਗ ਗਏ ਹਨ, ਥਾਂ ਥਾਂ ਦੇ ਡੇਰੇ ਕੀਤੇ ਹਨ ਚਾਰੇ ਪਾਸੇ ਪਿੰਡਾਂ ਗ੍ਰਾਮਾਂ ਸ਼ਹਿਰਾਂ ਵਿੱਚ। ਸੁਣ ਸੁਣ ਕੇ ਸਾਰਿਆਂ ਨੂੰ ਬੜਾ ਆਨੰਦ ਹੁੰਦਾ ਹੈ। ਲਿਆ ਲਿਆ ਕੇ ਪ੍ਰੇਮ ਪਿਤਾਵਾਂ ਗੁਰੂ ਮਹਾਰਾਜ ਦਸਵੇਂ ਪਾਤਸ਼ਾਹ ਨੂੰ ਅਰਪਣ ਕਰਦੇ ਨੇ, ਜੋ ਬੜੀ ਸ਼ਰਧਾ ਨਾਲ ਆਪਣੇ ਆਪਣੇ ਦਾਸਿਆਂ ਤੋਂ ਲੈ ਕੇ ਆਏ ਨੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੇ ਹਿੰਦ ਧਰਮ ਦੀ ਲਾਜ ਰੱਖ ਲਈ ਹੈ, ਉਹਨਾਂ ਦੀ ਇਹ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਰਿਸ਼ਤਾ ਗੱਦੀ ਮਿਲੀ ਹੈ। ਉਹ ਪ੍ਰਤਾਪ ਜੀ ਦਸਤਾਰ ਬੰਦੀ ਅੱਗੇ ਸਰਵਣ ਕਰੋ ਜੋ ਸਮੇਂ ਦੇ ਲਿਹਾਜ਼ ਨਾਲ ਸਮਾਪਤ ਹੈ। ਹੇ ਗੋਬਿੰਦ, ਹੇ ਗੋਪਾਲ।